ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ, ਅਤੇ ਇਹ ਜਿਹੜਾ ਵੀਡੀਓ ਹੈ, ਜਾਣਕਾਰੀ ਹੈ, ਇਹ ਹੈਗੀ ਹੈ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀਰਾਂ ਬਾਰੇ। ਉਹਨਾਂ ਲਈ ਜ਼ਰੂਰੀ ਨੁਕਤੇ, ਨਰਮੇ ਦੀ ਬਿਜਾਈ ਤੋਂ ਪਹਿਲਾਂ ਅਤੇ ਨਰਮੇ ਦੀ ਬਿਜਾਈ ਤੋਂ ਬਾਅਦ ਜਿਹੜੇ ਖਾਸ ਮੁੱਖ ਮੁੱਖ ਨੁਕਤੇ ਆ, ਨਾਲ ਨਾਲ ਆਪਾਂ ਜਾਣਕਾਰੀਆਂ ਹੋਰ ਵੀ ਸਾਂਝੀਆਂ ਕਰਦੇ ਰਹਾਂਗੇ ਜਦੋਂ ਫਸਲ ਖੇਤ 'ਚ ਹੋਊਗੀ। ਪਰ ਸਭ ਤੋਂ ਜ਼ਰੂਰੀ ਹੈ ਕਿ ਕਿਉਂਕਿ ਜਿਹੜਾ ਕਈ ਥਾਵਾਂ 'ਤੇ ਗੁਲਾਬੀ ਸੁੰਡੀ ਦਾ ਹਮਲਾ ਪਿਛਲੇ ਸਾਲਾਂ 'ਚ ਦੇਖਣ ਨੂੰ ਮਿਲਿਆ, ਉਹਦੇ ਕਰਕੇ ਝਾੜ ਕੁਆਲਿਟੀ ਜਿਹੜਾ ਫਸਲ ਦਾ ਖਰਾਬ ਹੁੰਦਾ, ਤਾਂ ਉਹ ਮੈਂ ਨੁਕਤੇ ਅੱਗੇ ਕਰਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ। ਅਤੇ ਵੱਧ ਤੋਂ ਵੱਧ ਕਿਸਾਨ ਵੀਰ ਜਿਹੜੇ ਨਰਮੇ ਦੀ ਕਾਸ਼ਤ ਕਰਨ ਵਾਲੇ ਆ, ਉਹਨਾਂ ਤੱਕ ਇਹ ਸਾਂਝੀ ਕਰਕੇ ਜ਼ਰੂਰ ਪਹੁੰਚ ਦੀ ਕਰਨ ਦੀ ਕੋਸ਼ਿਸ਼ ਕਰਿਓ। ਸੋ ਜਿਹੜਾ ਇਸ ਟਾਈਮ ਆ ਕਿਸਾਨ ਵੀਰ, ਉਹ ਫਰਵਰੀ ਤੋਂ ਹੀ ਇਹ ਜਿਹੜਾ ਹੈਗਾ ਮੁਹਿੰਮ ਸ਼ੁਰੂ ਹੋ ਜਾਂਦੀ ਹੈ। ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਵੀ ਸਮੇਂ ਸਮੇਂ 'ਤੇ ਕਿਸਾਨ ਵੀਰਾਂ ਨੂੰ ਅਵੇਅਰ ਕੀਤਾ ਜਾਂਦਾ, ਕਿਸਾਨ ਸਿਖਲਾਈ ਕੈਂਪ ਲਾਏ ਜਾਂਦੇ ਫੀਲਡ ਟੂ ਫੀਲਡ, ਜਿਹੜਾ ਖੇਤਾਂ ਦੇ ਵਿੱਚ ਜਾ ਕੇ। ਇਹ ਬੜਾ ਜ਼ਰੂਰੀ ਹੈ ਕਿ ਜਿਹੜੀਆਂ ਪਿਛਲੇ ਸਾਲ ਵਾਲੀਆਂ ਆਪਣੀਆਂ ਨਰਮੇ ਦੀਆਂ ਛੱਟੀਆਂ ਖੇਤ 'ਚ ਪਈਆਂ ਹੁੰਦੀਆਂ ਨਾ, ਜਾਂ ਖਾਲੀ ਥਾਵਾਂ 'ਤੇ ਪਿੰਡ 'ਚ ਪਈਆਂ ਨੇ ਜਾਂ ਘਰਾਂ 'ਚ ਲਿਆ ਕੇ ਤੁਸੀਂ ਰੱਖੀਆਂ, ਉਹਨਾਂ 'ਚ ਅਣਖਿੜੇ, ਅੱਧ ਖਿੜੇ, ਟਿੰਡੇ, ਸਿੱਕਰੀਆਂ ਹੁੰਦੀਆਂ ਜਿਹੜੀਆਂ। ਖਾਸ ਤੌਰ 'ਤੇ ਜਿਹੜੀ ਪਿਛਲੇ ਸਾਲ ਜਿੱਥੇ ਵੀ ਤੁਹਾਡੇ ਖੇਤ 'ਚ ਗੁਲਾਬੀ ਸੁੰਡੀ ਦਾ ਹਮਲਾ ਆਇਆ, ਤਾਂ ਉਹ ਵਿੱਚ ਜਿਹੜੇ ਇਹਦੇ ਲਾਰਵੇ ਪਿਉਪੇ ਆ ਜਿਹੜੇ, ਉਹ ਸੁੰਡੀ ਦੇ ਵਿੱਚ ਪਏ ਹੁੰਦੇ ਆ, ਇਨਐਕਟਿਵ ਹਾਲਤ ਦੇ ਵਿੱਚ ਰਹਿੰਦੇ ਠੰਡ ਦੇ ਵਿੱਚ, ਅਤੇ ਜਿਵੇਂ ਜਿਵੇਂ ਹੁਣ ਤਾਪਮਾਨ ਵੱਧਦਾ ਉਹ ਉੱਤੋਂ ਜਿਹੜੇ ਪਤੰਗੇ ਬਣ ਕੇ ਉੱਡਦੇ ਆ, ਅਤੇ ਜਿਵੇਂ ਹੀ ਹੁਣ ਜਿਹੜੀ ਫਸਲ ਕਿਸਾਨ ਵੀਰਾਂ ਨੇ ਬੀਜਣੀ ਆ, ਅਤੇ ਜਦੋਂ ਉਹ 'ਤੇ ਫੁੱਲ ਆਉਣੇ ਸ਼ੁਰੂ ਹੁੰਦੇ ਆ, ਅਤੇ ਇਹ ਪਤੰਗੇ ਜਿਹੜੀ ਪਹਿਲੀ ਪੀੜ੍ਹੀ ਆ ਜਿਹੜੀ ਗੁਲਾਬੀ ਸੁੰਡੀ ਦੀ, ਉਹਦਾ ਕਾਰਨ ਬਣਦੇ ਆ। ਇਸ ਕਰਕੇ ਜਿਹੜਾ ਇੱਕ ਤਾਂ ਇਹ ਜਿਹੜੀਆਂ ਥੋੜ੍ਹੇ ਜਿਹੇ ਅਜੇ ਵੀ ਛੁੱਟੀਆਂ ਪਈਆਂ, ਤਾਂ ਉਹਨੂੰ ਝਾੜ ਕੇ ਅਤੇ ਉਹਦਾ ਮਲਬਾ ਖਤਮ ਕਰੋ। ਅਣਖਿੜੇ, ਅੱਧ ਖਿੜੇ ਟਿੰਡੇ ਆ, ਸਿੱਕਰੀਆਂ ਨੇ, ਅਤੇ ਹੁਣ ਤੱਕ ਜਿਹੜਾ ਹੈਗਾ ਇਹ ਕੰਮ ਹੋ ਗਿਆ ਹੋਣਾ ਚਾਹੀਦਾ। ਕਈ ਵਾਰ ਕਿਸਾਨ ਵੀਰ ਅਣਗਹਿਲੀ ਕਰਦੇ ਆ, ਕਈ ਵਾਰ ਕਿਸਾਨ ਵੀਰ ਕਹਿ ਦਿੰਦੇ ਆ ਕਿ ਅਸੀਂ ਕਿਹੜਾ ਬੀਜਣੀ ਹੈਗੀ ਆ, ਅਗਲੀ ਵਾਰ ਕਈ ਵਾਰ ਕਈ ਕਿਸਾਨ ਵੀਰ ਰਕਬਾ ਘਟਾ ਦਿੰਦੇ ਆ। ਪਰ ਇੱਕ ਦੂਜੇ ਨਾਲ ਇਹ ਸਹਿਯੋਗ ਕਰਕੇ ਇਹ ਜਿਹੜੀਆਂ ਹੈਗੀਆਂ ਛਟੀਆਂ ਤੁਸੀਂ ਝਾੜ ਕੇ ਇਹਦਾ ਮਲਬਾ ਖਤਮ ਕਰੋ, ਅਤੇ ਜਿਹੜਾ ਬਾਲਣ ਦੇ ਰੂਪ 'ਚ ਹੁਣ ਤੱਕ ਇਹ ਜਿਹੜੀਆਂ ਹੈਗੀਆਂ ਇਸ ਟਾਈਮ ਤੱਕ ਅਪ੍ਰੈਲ ਦੇ ਪਹਿਲੇ ਹਫ਼ਤੇ ਹੁਣ ਆਪਾਂ ਗੱਲ ਕਰ ਰਹੇ ਹਾਂ, ਤਾਂ ਇਹ ਖਤਮ ਹੋ ਜਾਣੀਆਂ ਚਾਹੀਦੀਆਂ। ਇਹ ਵੱਡਾ ਕਾਰਨ ਬਣਦਾ ਗੁਲਾਬੀ ਸੁੰਡੀ ਦਾ, ਜਿਹੜਾ ਪਿਛਲੇ ਸਾਲ ਤੋਂ ਜਿਹੜੀ ਰੈਸ਼ ਅਗਲੇ ਸਾਲ 'ਚ ਆਉਣ ਦੇ ਵਿੱਚ। ਸੋ ਇਹ ਜਿਹੜਾ ਹੈਗਾ ਪਹਿਲਾ ਅਤੇ ਬਹੁਤ ਜ਼ਰੂਰੀ ਨੁਕਤਾ। ਇਹ ਤੋਂ ਇਲਾਵਾ ਜਿਹੜੀਆਂ ਜਿਨ੍ਹਾਂ ਕਿ ਮਿੱਲਾਂ ਦੇ ਵਿੱਚ ਵੜੇਵਿਆਂ ਰਾਹੀਂ ਕੋਈ ਗਾਂਹ ਫੈਲਣ ਦਾ ਡਰ ਹੁੰਦਾ, ਉਹਦੇ ਵਿੱਚ ਜਿਹੜਾ ਮਹਿਕਮਾ ਖੇਤੀਬਾੜੀ ਉਹਦੇ ਵੱਲੋਂ ਫਿਊਮੀਗੇਸ਼ਨ ਜਾਂ ਟਰੈਪ ਵਗੈਰਾ ਲਵਾਏ ਜਾਂਦੇ ਆ, ਫੇਰੋਮੋਨ ਟਰੈਪਸ, ਤਾਂ ਉਹਦੇ ਨਾਲ ਇਹ ਕੰਟਰੋਲ ਹੋ ਜਾਂਦਾ। ਫੇਰੋਮੋਨ ਟਰੈਪ ਕਿਸਾਨ ਵੀਰੋ ਜਿਹੜੇ ਬੜੇ ਤੁਹਾਨੂੰ ਕੇ ਵੀ ਕੇ ਤੋਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਪੀਏ ਲੁਧਿਆਣਾ ਤੋਂ ਵੀ ਮਿਲ ਜਾਣਗੇ, ਤੁਸੀਂ ਵੀ ਆਪਦੇ ਖੇਤਾਂ ਦੇ ਵਿੱਚ ਇਹ ਜਿਹੜੇ ਫੇਰੋਮੋਨ ਟਰੈਪ ਜਦੋਂ ਫਸਲ ਹੁੰਦੀ ਉਦੋਂ ਵੀ ਲਾ ਸਕਦੇ ਹਾਂ, ਤਾਂ ਕਿ ਇਹਦੇ ਆਪਾਂ ਜਿਹੜੇ ਮੇਲ ਆ ਬਾਲ ਹੈਗਾ ਗੁਲਾਬੀ ਸੁੰਡੀ ਦੇ, ਉਹ ਆਪਾਂ ਕਾਬੂ ਕਰ ਸਕੀਏ, ਅਤੇ ਫਿਰ ਜਿਹੜੇ ਅੱਗੇ ਆਂਡੇ ਨਾ ਉਹ ਦੇ ਸਕਣ ਜਿਹੜੇ ਫੀਮੇਲ ਅਤੇ ਮੇਲ ਦੀ ਮੀਟਿੰਗ ਤੋਂ ਬਾਅਦ, ਅਤੇ ਇਹ ਜਿਹੜੀ ਗੁਲਾਬੀ ਸੁੰਡੀ ਫੈਲਣ ਤੋਂ ਰੁਕੇ। ਅਗਲਾ ਬਹੁਤ ਜ਼ਰੂਰੀ ਨੁਕਤਾ, ਬਿਜਾਈ ਦੇ ਵਿੱਚ ਆਪਾਂ ਤੇਜ਼ੀ ਨਹੀਂ ਕਰਨੀ ਹੈ ਇਹਦਾ, ਆਪਾਂ ਥੋੜ੍ਹਾ ਜਿਹਾ ਜਿਵੇਂ 15-20 ਅਪ੍ਰੈਲ ਜਾਂ ਉਦੋਂ ਥੋੜ੍ਹੀ ਜਿਹੀ ਬਾਹਰ, ਕਿਉਂਕਿ 15 ਮਈ ਤੱਕ ਬਿਜਾਈ ਦਾ ਟਾਈਮ ਹੁੰਦਾ, ਅਪ੍ਰੈਲ ਐਂਡ ਦਾ ਸਮਾਂ ਜਾਂ ਜਿਹੜਾ ਹੈਗਾ ਬਹੁਤ ਵਧੀਆ ਸਮਾਂ ਹੁੰਦਾ, ਕਿਉਂਕਿ ਇਹਦੇ ਵਿੱਚ ਕੀ ਹੁੰਦਾ ਕਈ ਵਾਰ ਕਿਸਾਨ ਵੀਰ ਬਹੁਤ ਅਗੇਤਾ ਨਰਮਾ ਬੀਜ ਦਿੰਦੇ ਆ, ਅਤੇ ਛਟੀਆਂ ਖੇਤਾਂ 'ਚ ਹੁੰਦੀਆਂ, ਅਤੇ ਉਦੋਂ ਗਾਂਹ ਜਿਹੜਾ ਜਦੋਂ ਫੁੱਲ ਆਉਂਦੇ, ਅਤੇ ਕਿਉਂਕਿ ਇਹਨਾਂ ਨੇ ਨਰਮੇ ਦੇ ਫੁੱਲਾਂ 'ਤੇ ਗੁਲਾਬੀ ਸੁੰਡੀ ਆ ਜਿਹੜੀ, ਉਹਨਾਂ ਦੇ ਫੁੱਲਾਂ ਦੇ ਉੱਤੇ ਹੀ ਜਿਹੜੀ ਹੈਗੀ ਆ ਇਹ ਪਲਦੀ ਆ, ਉਹੀ ਇਹਦੀ ਖੁਰਾਕ ਆ। ਇਸੇ ਕਰਕੇ ਜਦੋਂ ਇਹ ਫੁੱਲ ਆਉਂਦੇ ਆ ਅਤੇ ਉੱਥੇ ਗੁਲਾਬੀ ਸੁੰਡੀ ਦਾ ਜੇ ਹਮਲਾ ਦੇਖਣ ਨੂੰ ਮਿਲੇ, ਤਾਂ ਫੁੱਲ ਜਿਹੜਾ ਬੰਦ ਹੋ ਜਾਂਦਾ, ਉਹਦੇ ਵਿਚਲਾ ਜਿਹੜਾ ਇਹਨਾਂ ਨੇ ਪਰਾਗਣ ਵਗੈਰਾ ਹੈਗੇ ਉਹ ਖਾਂਦੀ ਆ, ਉਹ 'ਤੇ ਪਲਦੀ ਆ, ਤਾਂ ਉਹ ਜਿਹੜਾ ਫੁੱਲ ਆ ਬੰਦ ਹੋ ਜਾਂਦਾ, ਭੰਬੀਰੀ ਫੁੱਲ ਬਣਦਾ ਹੁੰਦਾ, ਇਹ ਨਿਸ਼ਾਨੀ ਹੁੰਦੀ ਹੈ ਇਹਦੀ, ਅਤੇ ਫੁੱਲ ਡਿੱਗਣ ਲੱਗ ਪੈਂਦੇ ਹੁੰਦੇ ਆ। ਅਤੇ ਜਿਹੜਾ ਬਿਜਾਈ ਦੇ ਵਿੱਚ
ਜਿਹੜੀਆਂ ਸਿਫਾਰਸ਼ ਕਿਸਮਾਂ ਜਾਂ ਹਾਈਬ੍ਰਿਡ ਹੀ ਬੀਜਣੀਆਂ ਤੁਸੀਂ। ਗੈਰ ਸਿਫਾਰਸ਼ੀ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਬਿਲਕੁਲ ਬੀਜ ਦੀ ਵਰਤੋਂ ਨਹੀਂ ਕਰਨੀ, ਉਹਨੇ ਵੀ ਆਪਣਾ ਪਿਛਲੇ ਸਮੇਂ 'ਚ ਵੱਡਾ ਨੁਕਸਾਨ ਕੀਤਾ। ਫਸਲ ਦੇ ਵਧੀਆ ਜੰਮ ਅਤੇ ਮੁੱਢਲੇ ਵਾਧੇ ਲਈ, ਚੰਗੇ ਵਾਧੇ ਲਈ ਜਿਹੜਾ ਤਹਿ ਤੋੜ ਹਲ ਆ ਜਿਹੜਾ ਉਹ ਤੁਸੀਂ ਜ਼ਰੂਰ ਖੇਤ 'ਚ ਮਾਰਨਾ। ਜਿਹੜਾ ਚੁੰਝੂ ਹਲ ਤੁਸੀਂ ਕਹਿ ਦਿੰਦੇ ਤਹਿ ਤੋੜ ਹਲ ਹੁੰਦਾ, ਉਹਦੇ ਨਾਲ 18 ਤੋਂ 20 ਇੰਚ ਡੂੰਘਾ ਆਪਾਂ ਜਿਹੜਾ ਵਾਹਣ ਪੱਟਣਾ। ਇਹਦੇ ਨਾਲ ਜ਼ਮੀਨ ਦੀ ਸਖਤ ਤਹਿ ਟੁੱਟਦੀ ਆ, ਪਾਣੀ ਜੀਰਨ ਦੀ ਸ਼ਕਤੀ ਵੱਧਦੀ, ਕਿਉਂਕਿ ਇਸ ਤੋਂ ਬਾਅਦ ਜਦੋਂ ਆਪਾਂ ਰੌਣੀ ਕਰਾਂਗੇ, ਭਰਮੀ ਰੌਣੀ ਦਾ ਮਤਲਬ ਇਹੀ ਹੁੰਦਾ ਜਦੋਂ ਰੌਣੀ ਕਰਾਂਗੇ ਨਾ ਤਹਿ ਤੋੜ ਹਲ ਮਾਰ ਕੇ ਸੁਹਾਗੇ ਨਾਲ ਜਿਹੜੇ ਉਹਦੇ ਢੇਲੇ ਬਣੇ ਹੋਏ ਆ ਵੱਡੇ ਵੱਡੇ ਰੋੜੇ ਬਣ ਜਾਂਦੇ, ਉਹਨਾਂ ਨੂੰ ਸੁਹਾਗੇ ਨਾਲ ਤੋੜ ਕੇ ਵਧੀਆ ਵਾਹਣ ਬਣਾ ਕੇ ਅਤੇ ਫਿਰ ਭਰਮੀ ਰੌਣੀ ਕਰਕੇ ਫਿਰ ਆਪਾਂ ਬਿਜਾਈ ਕਰਨੀ ਆ। ਕਿਉਂਕਿ ਇਹਦੇ ਨਾਲ ਕੀ ਹੁੰਦਾ ਕਿ ਜਦੋਂ ਭਰਮੀ ਰੌਣੀ ਨਹੀਂ ਹੁੰਦੀ ਖੇਤ 'ਚ ਛੇਤੀ ਖੁਸ਼ਕੀ ਆਉਂਦੀ, ਅਤੇ ਖੁਸ਼ਕੀ ਦਾ ਕੀੜਾ ਸ਼ੁਰੂਆਤੀ ਵਾਧੇ 'ਚ ਖਾਸ ਤੌਰ 'ਤੇ ਜਿਵੇਂ ਥਰਿੱਪ ਵਗੈਰਾ ਉਹਦਾ ਅਟੈਕ ਹੋ ਜਾਂਦਾ, ਫਿਰ ਫਸਲ ਦਾ ਵਾਧਾ ਪ੍ਰੋਪਰ ਨਹੀਂ ਹੁੰਦਾ, ਉਹਦੀਆਂ ਜੜ੍ਹਾਂ ਵੀ ਜਿਹੜੀਆਂ ਥੱਲੇ ਤੱਕ ਡੂੰਘੀਆਂ ਨਹੀਂ ਜਾਂਦੀਆਂ, ਪ੍ਰੋਪਰ ਡਿਵੈਲਪਮੈਂਟ ਫਸਲ ਦੀ ਨਹੀਂ ਹੁੰਦੀ। ਬਿਜਾਈ ਹਰ ਹਾਲਤ ਤੱਕ 15 ਮਈ ਤੱਕ ਆਪਾਂ ਖਤਮ ਕਰ ਦੇਣੀ ਆ। ਬੀਟੀ ਨਰਮੇ ਦੇ ਆਲੇ ਦੁਆਲੇ ਬੀਟੀ ਰਹਿਤ ਜਿਹੜਾ ਰਿਫਿਊਜੀਆ ਹੁੰਦਾ ਉਹ ਤੁਸੀਂ ਜ਼ਰੂਰ ਬੀਜਣਾ। ਅੱਗੇ ਨਾਲ ਪੈਕਟ ਆਉਂਦੇ ਸੀ, ਹੁਣ ਮਿਕਸ ਹੋ ਕੇ ਵੀ ਆਉਂਦਾ, ਤਾਂ ਇਹ ਜਿਹੜਾ ਬੀਟੀ ਰਹਿਤ ਨਰਮਾ ਇਹ ਨਾਲ ਬੀਟੀ ਨਰਮੇ ਦੇ ਨਾਲ ਬੀਜਣਾ ਬੜਾ ਜ਼ਰੂਰੀ ਆ, ਨਹੀਂ ਤਾਂ ਜਿਹੜਾ ਸੁੰਡੀਆਂ ਦੇ ਵਿੱਚ ਜਿਹੜੀ ਸਹਿਣ ਸ਼ਕਤੀ ਵਗੈਰਾ ਆ ਜਾਂਦੀ, ਵੱਧ ਅਟੈਕ ਹੋ ਜਾਂਦਾ ਹੈਗਾ। ਸੋ ਬੀਟੀ ਰਹਿਤ ਨਰਮਾ ਆਲੇ ਦੁਆਲੇ ਬਹੁਤ ਜ਼ਰੂਰੀ ਆ ਬੀਜਣਾ। ਕੀੜੇ ਮਕੌੜੇ ਅਤੇ ਬਿਮਾਰੀਆਂ ਦੀਆਂ ਬਦਲਿੰਗਵੇਂ ਫਸਲਾਂ ਜਿਵੇਂ ਭਿੰਡੀ, ਮੂੰਗੀ, ਅਰਹਰ, ਜੰਤਰ, ਰਿੰਡ, ਇਹ ਨਰਮੇ ਕਪਾਹ ਦੇ ਖੇਤਾਂ ਦੇ ਆਲੇ ਦੁਆਲੇ ਜਾਂ ਵਿੱਚ ਬਿਲਕੁਲ ਨਹੀਂ ਬੀਜਣੀਆਂ, ਨੇੜੇ ਤੇੜੇ ਬਣਾਉਣ ਇਹ ਭਿੰਡੀ, ਮੂੰਗੀ, ਅਰਹਰ, ਜੰਤਰ, ਰਿੰਡ। ਅਤੇ ਫਿਰ ਜਿਹੜਾ ਹੈਗਾ ਸਿਫਾਰਿਸ਼ ਤੋਂ ਜ਼ਰੂਰੀ ਜ਼ਰੂਰ ਤੋਂ ਜ਼ਿਆਦਾ ਖਾਦਾਂ ਨਹੀਂ ਪਾਉਣੀਆਂ ਅਤੇ ਜ਼ਰੂਰ ਤੋਂ ਘੱਟ ਵੀ ਨਹੀਂ ਪਾਉਣੀਆਂ। ਕਈ ਵਾਰ ਕਿਸਾਨ ਵੀਰ ਬਿਜਾਈ ਵੇਲੇ ਬਿਲਕੁਲ ਹੀ ਨਹੀਂ ਖਾਦਾਂ ਪਾਉਂਦੇ ਹੈਗੇ, ਤਾਂ ਇਹ ਬਿਜਾਈ ਵੇਲੇ ਖਾਦਾਂ ਵਗੈਰਾ ਇਹਦੇ ਬਾਰੇ ਆਪਾਂ ਵੱਖਰੀ ਜਾਣਕਾਰੀ ਸਾਂਝੀ ਕਰਾਂਗੇ। ਪਰ ਜ਼ਰੂਰਤ ਅਨੁਸਾਰ ਜੋ ਵੀ ਤੁਹਾਡੇ ਫਾਸਫੋਰਸ ਹੈ, ਜਿੰਕ ਹੈ ਜਾਂ ਬੋਰਨ ਵਗੈਰਾ ਉਹਦੀ ਵੀ ਰਿਕਮੈਂਡੇਸ਼ਨ ਹੈਗੀ ਹੈ, ਮੈਗਨੀਸ਼ੀਅਮ ਹੈ, ਤਾਂ ਉਹ ਤੁਸੀਂ ਆਪਦੀ ਮਿੱਟੀ ਪਰਖ ਆਧਾਰ 'ਤੇ ਜਾਂ ਸਿਫਾਰਿਸ਼ ਅਨੁਸਾਰ ਉਹ ਜ਼ਰੂਰ ਖਾਦਾਂ ਪਾਉਣੀਆਂ ਨੇ ਅਤੇ ਸਹੀ ਸਮੇਂ 'ਤੇ ਆਪਾਂ ਜਿਹੜੀ ਯੂਰੀਆ ਵਗੈਰਾ ਦੀ ਵਰਤੋਂ ਕਰਨੀ ਹੈ, ਜ਼ਰੂਰਤ ਤੋਂ ਜ਼ਿਆਦਾ ਨਾ ਘੱਟ। ਅਤੇ ਜਦੋਂ ਫੁੱਲਾਂ ਦੀ ਸ਼ੁਰੂਆਤ ਹੁੰਦੀ ਹੈ ਉਦੋਂ NPK 13.045 ਦੇ ਆਪਾਂ ਘੋਲ 2% ਘੋਲ ਦੀ ਸ਼ੁਰੂਆਤ ਜਿਹੜੀ ਸਪਰੇ ਦੀ ਆਪਾਂ ਫੁੱਲ ਪੈਣ ਤੋਂ ਹੀ ਸ਼ੁਰੂ ਕਰ ਦੇਣੀ ਆ। ਕਈ ਵਾਰ ਕਿਸਾਨ ਵੀਰ ਆ ਜਿਹੜੇ ਉਹ ਟਾਈਮਲੀ ਸਪਰੇਆਂ ਸ਼ੁਰੂ ਨਹੀਂ ਕਰਦੇ, 4 ਛਿੜਕਾਅ ਆਪਾਂ ਹਫ਼ਤੇ 'ਤੇ ਕਰਨੇ ਆ। 13.045 ਤੁਸੀਂ ਕਰੋਗੇ ਨਾ ਫੁੱਲ ਫਲਾਕਾ, ਫੁੱਲ ਡੋਡੀ, ਫਲ ਅਤੇ ਗਰੋਥ, ਇਹ ਜਿਹੜੀ ਫਸਲ ਦੀ ਸ਼ਾਨ ਦੁਆਰ ਹੁੰਦੀ ਆ ਅਤੇ ਝਾੜ ਵਿੱਚ ਵੀ ਇਜਾਫਾ ਹੁੰਦਾ ਹੈਗਾ। ਫਿਰ ਜਿਹੜੀਆਂ ਜ਼ਰੂਰਤ ਅਨੁਸਾਰ ਮੈਗਨੀਸ਼ੀਅਮ ਆ ਜਿਵੇਂ ਪੱਤਿਆਂ ਦੀ ਲਾਲੀ ਤੋਂ ਬਚਾਉਣ ਵਾਸਤੇ ਉਹਦੀਆਂ ਸਪਰੇਆਂ ਕਰਨੀਆਂ ਹੁੰਦੀਆਂ 2 ਆਪਾਂ, ਤਾਂ ਉਹ ਵੀ ਆਪਾਂ ਜ਼ਰੂਰੀ ਕਰਨੀਆਂ ਹੁੰਦੀਆਂ ਨੇ। ਇਹਦੇ ਬਾਰੇ ਆਪਾਂ ਅੱਗੇ ਜਾ ਕੇ ਵੀ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ। ਫਿਰ ਹੈਗਾ ਕਿ ਕੀਟਨਾਸ਼ਕਾਂ ਜਿਹੜੀਆਂ ਹੈਗੀਆਂ, ਕੋਈ ਵੀ ਸਪਰੇ ਵਗੈਰਾ ਤੁਹਾਨੂੰ ਜ਼ਰੂਰਤ ਪੈਂਦੀ ਕੀੜੇ ਮਕੌੜੇ ਤੋਂ, ਤਾਂ ਉਹ ਆਪਦੇ ਤੌਰ 'ਤੇ ਮਿਸ਼ਰਣ ਬਣਾ ਕੇ ਕਿਸੇ ਕਿਸਮ ਦੀ ਗੈਰ ਸਿਫਾਰਸ਼ੀ ਕੀਟਨਾਸ਼ਕ ਨਹੀਂ ਸਪਰੇ ਕਰਨੀ। ਤੁਸੀਂ ਖੇਤੀ ਮਾਹਰਾਂ ਨਾਲ, ਮਹਿਕਮਾ ਖੇਤੀਬਾੜੀ ਨਾਲ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਜਿਹੜੇ ਮਾਹਰ ਨੇ, PIU ਲੁਧਿਆਣਾ ਦੇ ਮਾਹਰ ਨੇ, ਉਹਨਾਂ ਨਾਲ ਸੰਪਰਕ ਕਰਕੇ ਫਿਰ ਹੀ ਆਪਾਂ ਸਪਰੇਆਂ ਜਿਹੜੀਆਂ ਹੈਗੀਆਂ ਉਹ ਸ਼ੁਰੂ ਕਰਨੀਆਂ। ਪਹਿਲਾਂ ਜਿਹੜੇ 2 ਜ਼ਰੂਰੀ ਨੁਕਤੇ ਆ ਨਾ ਜਿਹੜੇ ਤੁਹਾਨੂੰ ਮੈਂ ਦੱਸੇ, ਇੱਕ ਤਾਂ ਜਿਹੜਾ ਹੈਗਾ ਛਿੜੀਆਂ ਤੁਹਾਡੇ ਨੇੜੇ ਤੇੜੇ ਵੀ ਖੇਤਾਂ ਦੇ ਹੋਣੀਆਂ ਨਹੀਂ ਚਾਹੀਦੀਆਂ ਜਿੱਥੇ ਤੁਸੀਂ ਨਰਮੇ ਦੀ ਜਿੱਥੇ ਵਿਕਾਸ ਕਰਨੀ ਪੰਜਾਬ ਦੇ ਵਿੱਚ, ਇਸ ਟਾਈਮ ਤੱਕ ਤਾਂ ਉਹ ਜਿਹੜਾ ਖਤਮ ਹੋ ਜਾਣਾ ਚਾਹੀਦਾ। ਜੇ ਕੋਈ ਰਹਿੰਦ ਖੂੰਹਦ ਹੈਗੀ ਹੈ ਤਾਂ ਉਹਨੂੰ ਖਤਮ ਕਰ ਦਿਓ, ਨਸ਼ਟ ਕਰ ਦਿਓ, ਉਹਨੂੰ ਬਾਲਣ ਦੇ ਤੌਰ 'ਤੇ ਵਰਤ ਲਓ। ਉਦੋਂ ਬਾਅਦ ਜਿਹੜੀ ਹੈਗੀ ਬਿਜਾਈ ਦੇ ਵਿੱਚ ਆਪਾਂ ਦੇਖੋ ਵੀ ਜਿਹੜਾ 20 ਅਪ੍ਰੈਲ 25 ਅਪ੍ਰੈਲ ਦੇ ਨੇੜੇ ਤੇੜੇ ਬਿਜਾਈ ਸ਼ੁਰੂ ਕਰੋ ਅਤੇ 15 ਮਈ ਤੱਕ ਆਪਾਂ ਜਿਹੜੀ ਖਤਮ ਕਰ ਦੇਣੀ, ਬਹੁਤੀ ਅਗੇਤੀ ਵੀ ਨਹੀਂ ਕਰਨੀ ਅਤੇ 15 ਮਈ ਤੋਂ ਬਾਅਦ ਤਾਂ ਪਛੇਤੀ ਤਾਂ ਬਿਲਕੁਲ ਹੀ ਨਹੀਂ ਲੈ ਕੇ ਜਾਣੀ ਹੈਗੀ। ਫਿਰ ਹੈਗਾ ਕਿ ਚਿੱਟੀ ਮੱਖੀ, ਗੁਲਾਬੀ ਸੁੰਡੀ, ਮੀਲੀ ਬਾਗ ਦੀ ਰੋਕਥਾਮ ਲਈ ਖੇਤਾਂ ਦਾ ਲਗਾਤਾਰ ਸਰਵੇਖਣ, ਖੇਤਾਂ ਦਾ ਸਰਵੇਖਣ ਬਹੁਤ ਜ਼ਰੂਰੀ ਆ। ਕਿਉਂਕਿ ਜੇ ਤੁਹਾਨੂੰ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਜੇ ਹਮਲਾ ਹੈਗਾ ਕਿਸੇ ਕੀੜੇ ਮਕੌੜੇ ਦਾ ਅਤੇ ਫਸਲ ਆਪਣੀ ਖਰਾਬ ਹੋ ਗਈ, ਤਾਂ ਫਿਰ ਉਹਦਾ ਜਿਹੜਾ ਹੈਗਾ ਫਸਲ ਆਪਣਾ ਕਾਸ਼ਤ ਕਰਨ ਦਾ ਕੋਈ ਫਾਇਦਾ ਨਹੀਂ ਰਹਿੰਦਾ, ਉਹਦਾ ਆਪਣਾ ਖਰਚਾ ਵੀ ਫਾਲਤੂ ਜਾਂਦਾ ਹੈਗਾ। ਇਸ ਕਰਕੇ ਜਦੋਂ ਫਸਲ ਆਪਣੇ ਖੇਤ 'ਚ ਗਰੋਥ ਕਰਨ ਲੱਗ ਪਈ ਹੈ, 20 ਦਿਨਾਂ ਦੀ 25 ਦਿਨਾਂ ਦੀ ਫਸਲ ਹੋ ਗਈ, ਉਦੋਂ ਬਾਅਦ ਲਗਾਤਾਰ ਆਪਾਂ ਡੇਲੀ
ਫਸਲ ਨੂੰ ਜਿਹੜਾ ਚੈੱਕ ਕਰਦੇ ਰਹਿਣਾ, ਜਦੋਂ ਉਹ 'ਚ ਫੁੱਲ ਡੂਡੀ ਆਉਣ ਲੱਗ ਪਈ ਉਦੋਂ ਵੀ ਆਪਾਂ ਫੁੱਲਾਂ ਦਾ ਨਿਰੀਖਣ ਵੀ ਕਰਦੇ ਰਹਿਣਾ, ਅਤੇ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੀੜਾ ਮਕੌੜਾ, ਫਸਲ ਨੂੰ ਸਵੇਰ ਸ਼ਾਮ ਚੈੱਕ ਕਰੋ, ਹਿਲਾ ਕੇ ਜਿਹੜਾ ਫਸਲ ਦੇ ਉੱਤੇ ਹੱਥ ਮਾਰ ਕੇ, ਪੱਤਿਆਂ ਦੇ ਕਿ ਚਿੱਟੀ ਮੱਖੀ ਵਗੈਰਾ ਦਾ ਕੋਈ ਹਮਲਾ ਤਾਂ ਨਹੀਂ ਹੈ। ਸੋ ਇਹ ਬੜੇ ਜ਼ਰੂਰੀ ਨੁਕਤੇ ਨੇ। ਬਿਜਾਈ ਤੋਂ ਪਹਿਲਾਂ ਜਿਹੜਾ ਤਹਿ ਤੋੜ ਹਲ ਮਾਰਨਾ, ਡੂੰਘੀ ਵਹਾਈ ਕਰਨੀ, ਇਹ ਬਹੁਤ ਤਕੜਾ ਨੁਕਤਾ ਕਿ ਫਸਲ ਦੀ ਡਿਵੈਲਪਮੈਂਟ ਵਾਸਤੇ, ਸ਼ੁਰੂਆਤੀ ਵਾਧੇ ਵਾਸਤੇ। ਕਈ ਵਾਰ ਕੀ ਹੁੰਦਾ ਕਿ ਥੱਲੇ ਜ਼ਮੀਨ ਦੇ ਥੱਲੇ ਸਖ਼ਤ ਤਹਿ ਬਣੀ ਹੁੰਦੀ ਆ, ਰੌਣੀ ਵੀ ਨਹੀਂ ਭਰਮੀ ਲੱਗਦੀ, ਫਸਲ ਦੀਆਂ ਜੜ੍ਹਾਂ ਡਿਵੈਲਪ ਨਹੀਂ ਹੁੰਦੀਆਂ। ਸੋ ਇਹ ਜ਼ਰੂਰੀ ਨੁਕਤੇ ਸੀ ਕਿਸਾਨ ਵੀਰੋ, ਵੱਧ ਤੋਂ ਵੱਧ ਸ਼ੇਅਰ ਕਰੋ। ਆਉਣ ਵਾਲੇ ਸਮੇਂ 'ਚ ਹੋਰ ਤੁਹਾਡੀ ਜਾਣਕਾਰੀ ਦੀ ਵਾਧਾ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।